ਮੈਂ ਤੁਹਾਡੇ ਆਪਣੀ ਸ਼ਾਲੂ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਅੱਜ ਦੀ ਇੱਕ ਹੋਰ ਸਪੈਸ਼ਲ ਗੌਸਿਪ। ਤੇ ਵੈਸੇ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਕਿ ਅੱਜ ਕੱਲ ਤਾਂ ਸਾਡੇ ਪੰਜਾਬੀ ਆਰਟਿਸਟ ਲਗਾਤਾਰ ਬਾਲੀਵੁੱਡ ਦੇ ਵਿੱਚ ਐਂਟਰੀ ਮਾਰਦੇ ਹੀ ਜਾ ਰਹੇ ਨੇ। ਫਿਰ ਭਾਵੇਂ ਉਹ ਹੋਵੇ ਐਮੀ ਵਿਰਕ, ਭਾਵੇਂ ਹੋਵੇ ਹਾਰਡੀ ਸੰਧੂ ਤੇ ਭਾਵੇਂ ਹੋਵੇ ਸਰਤਾਜ ਤੇ ਭਾਵੇਂ ਹੋਵੇ ਜੱਸੀ ਗਿੱਲ, ਪਰ ਹੁਣ ਜਿਹੜੇ ਪੰਜਾਬੀ ਆਰਟਿਸਟ ਬਾਲੀਵੁੱਡ ਦੇ ਵਿੱਚ ਐਂਟਰੀ ਮਾਰ ਰਹੇ ਨੇ ਨਾ, ਉਹ ਆਪਣੇ ਇੱਕ ਗੀਤ ਦੇ ਰਾਹੀਂ ਬਾਲੀਵੁੱਡ ਦੇ ਵਿੱਚ ਐਂਟਰੀ ਕਰ ਰਹੇ ਨੇ। ਹੁਣ ਤੁਸੀਂ ਇਹੀ ਸੋਚ ਰਹੇ ਹੋਵੋਗੇ ਕਿ ਉਹ ਕਿਹੜੇ ਆਰਟਿਸਟ ਨੇ। ਆਲੋ ਜੀ ਪਹਿਲਾਂ ਤੁਹਾਨੂੰ ਉਹਨਾਂ ਦਾ ਨਾ ਇਹ ਗੀਤ ਸੁਣਾਉਂਦੇ ਹਾਂ। ਹੌਲੀ ਹੌਲੀ ਗਿੱਧੇ ਵਿੱਚ ਨੱਚ ਬਤਲੋਨੀ, ਤੇਰਾ ਲੱਕ ਨਾ ਮਰੋੜਾ ਖਾ ਜਾਵੇ। ਹੌਲੀ ਹੌਲੀ ਗਿੱਧੇ ਵਿੱਚ ਨੱਚ ਬਤਲੋਨੀ, ਤੇਰਾ ਲੱਕ ਨਾ ਮਰੋੜਾ ਖਾ ਜਾ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਗੈਰੀ ਸੰਧੂ ਦੀ। ਤੇ ਬਾਲੀਵੁੱਡ ਦੇ ਵਿੱਚ ਗੈਰੀ ਸੰਧੂ ਇਸ ਗੀਤ ਦੇ ਰਾਹੀਂ ਆਪਣੀ ਐਂਟਰੀ ਕਰ ਰਹੇ ਨੇ। ਤੇ ਇਹ ਗੀਤ ਗਾਇਆ ਜਾ ਰਿਹਾ ਹੈ ਜੀ ਅਜੇ ਦੇਵਗਨ ਦੀ ਮੂਵੀ ਦੇ ਦੇ ਪਿਆਰ ਦੇ ਵਿੱਚ। ਤੇ ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਸ ਵਾਰ ਗੈਰੀ ਸੰਧੂ ਇਹ ਗੀਤ ਇਕੱਲੇ ਨਹੀਂ ਗਾ ਰਹੇ, ਮਤਲਬ ਉਹ ਗਾ ਰਹੇ ਨੇ ਇਸ ਵਾਰ ਡਿਊਟ ਸੌਂਗ ਤੇ। ਗੈਰੀ ਸੰਧੂ ਦੇ ਨਾਲ ਨਜ਼ਰ ਆਣਗੇ ਜੀ ਨੇਹਾ ਕੱਕੜ। ਤੇ ਦੇਖਦੇ ਹੁਣ ਗੈਰੀ ਸੰਧੂ ਤੇ ਨੇਹਾ ਕੱਕੜ ਮਿਲ ਕੇ ਇਸ ਗੀਤ ਦੇ ਵਿੱਚ ਕੀ ਨਵਾਂ ਕਰਦੇ ਨੇ। ਤੇ ਬਾਕੀ ਗੈਰੀ ਸੰਧੂ ਤੋਂ ਹਮੇਸ਼ਾ ਇਹੀ ਉਮੀਦ ਹੁੰਦੀ ਹੈ ਕਿ ਉਹ ਹਮੇਸ਼ਾ ਕੁਝ ਵਧੀਆ ਲੈ ਕੇ ਆਣਗੇ, ਤੇ ਇਸ ਵਾਰ ਵੀ ਇਹੀ ਉਮੀਦ ਹੈ ਕਿ ਬਾਲੀਵੁੱਡ ਦੇ ਵਿੱਚ ਵੀ ਉਹ ਆਪਣੇ ਗੀਤ ਦੇ ਰਾਹੀਂ ਬਹੁਤ ਵਧੀਆ ਰੰਗ ਬਿਖੇਰਨਗੇ। ਹੌਲੀ 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 ਗਿੱਧੇ ਵਿੱਚ ਨੱਚ ਬਦਲੋਨੀ, ਤੇਰਾ ਲੱਕ ਨਾ ਮਰੋੜਾ ਖਾ ਜਾ। ਤੇ ਗੈਰੀ ਸੰਧੂ ਸਾਡੀ ਪੂਰੀ ਸ਼ਾਨ ਪੰਜਾਬੀ ਦੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਦੁਆਵਾਂ ਨੇ ਕਿ ਤੁਹਾਡਾ ਇਹ ਗੀਤ ਵੀ ਸੁਪਰ ਡੁਪਰ ਹਿੱਟ ਰਹੇ। ਹੌਲੀ 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 ਗਿੱਧੇ ਵਿੱਚ ਨੱਚ ਬਦਲੋਨੀ, ਤੇਰਾ ਲੱਕ ਨਾ ਮਰੋੜਾ ਖਾ ਜਾ। ਸੋ ਫਰੈਂਡਸ, ਇੱਦਾਂ ਹੀ ਹੋਰ ਵੀ ਵਧੀਆ ਵਧੀਆ ਗੌਸਿਪਸ ਲੈ ਕੇ ਆਉਂਦੇ ਰਹਾਂਗੇ। ਉਦੋਂ ਤੱਕ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ। ਬਾਏ ਬਾਏ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ, ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ।